ਨਮਸਕਾਰ ਦੋਸਤੋ ਮੈਂ ਤੁਹਾਡਾ ਦੋਸਤ ਮਨੂ ਮੋੜ ਤੇ ਅੱਜ ਦਾ ਮੌਸਮ ਕਾਫੀ ਆਉਸਮ ਮੌਸਮ ਹੈ ਕਿਉਂਕਿ ਇੱਥੇ ਬਾਰਿਸ਼ ਹੋ ਰਹੀ ਹੈ ਜੇ ਤੁਹਾਡੇ ਵੀ ਇੱਥੇ ਬਾਰਿਸ਼ ਹੋ ਰਹੀ ਹੈ ਤੁਹਾਡੇ ਵੀ ਏਰੀਆ 'ਚ ਜੇ ਬਾਰਿਸ਼ ਹੋ ਰਹੀ ਹੈ ਤਾਂ ਵੀਡੀਓ ਵਿੱਚ ਕਮੈਂਟ ਕਰਕੇ ਮੈਨੂੰ ਇੱਕ ਵਾਰ ਜ਼ਰੂਰ ਦੱਸ ਦਿਓ ਤੇ ਅੱਜ ਦੀ ਵੀਡੀਓ ਵਿੱਚ ਇੰਸਟਾਗ੍ਰam ਤੇ ਮੇਰੇ ਕੋਲ ਕਾਫੀ ਸਵਾਲ ਆ ਰਹੇ ਨੇ ਜੇ ਤੁਹਾਡਾ ਵੀ ਕੋਈ ਸਵਾਲ ਹੈ ਇੰਸਟਾਗ੍ਰam ਤੇ ਮੈਨੂੰ ਫੋਲੋ ਕਰਕੇ ਮੇ ਨਾਲ ਗੱਲ ਕਰਕੇ ਜਾਣਕਾਰੀ ਲੈ ਸਕਦੇ ਹੋ ਤੇ ਕਾਫੀ ਕੈਂਡੀਡੇਟ ਪੁੱਛ ਰਹੇ ਨੇ ਕਿ ਸਰ ਕਨਸਟੇਬਲ ਦੇ ਐਗਜ਼ਾਮ ਲਈ ਸਿਰਫ ਇਹ ਬੁੱਕ ਸਵਾਰਨ ਦੀ ਬੁੱਕ ਇਹ ਕਾਫੀ ਹੈ ਮਤਲਬ ਇਨਫ ਹੈ ਮਤਲਬ ਸਾਰਾ ਸਿਲੇਬਸ ਜਿਹੜਾ ਉਹ ਕਵਰ ਹੋ ਜਾਵੇਗਾ ਜਾਂ ਨਹੀਂ ਇੱਕ ਬੁੱਕ ਵਿੱਚੋਂ ਸਵਾਲ ਦੇ ਜਵਾਬ ਨੂੰ ਤੁਸੀਂ ਇਸ ਵੀਡੀਓ ਥਰੂ ਸਮਝ ਜਾਓਗੇ ਦੇਖੋ ਇਹ ਜਿਹੜਾ ਤੁਹਾਡੇ ਸਾਹਮਣੇ ਆ ਇਸ ਟਾਈਮ ਇਹ ਬੁੱਕ ਦਾ ਕੰਟੈਂਟ ਹੈ ਬੁੱਕ ਵਿੱਚ ਕੀ ਕੁਝ ਹੈ ਇਹਨਾਂ ਨੇ ਕਵਰ ਕੀਤਾ ਹੋਇਆ ਪੂਰਾ ਡਿਟੇਲ ਇਸ ਕੰਟੈਂਟ ਨੋਟ ਵਿੱਚ ਹੈ ਤੇ ਇਹ ਆਪਣਾ ਸਿਲੇਬਸ ਹੈ ਹੁਣ ਆਪਾਂ ਮੈਚ ਕਰ ਸਕਦੇ ਤੁਸੀਂ ਤੁਸੀਂ ਖੁਦ ਵੀ ਮੈਚ ਕਰ ਸਕਦੇ ਹੋ ਇਸ ਨੂੰ ਜਿਵੇਂ ਕਿ ਪਹਿਲਾਂ ਆਪਣੇ ਕਨਸਟੇਬਲ ਦੇ ਸਿਲੇਬਸ ਵਿੱਚ ਇਹਨਾਂ ਨੇ ਕਨਸਟੀਟਿਊਸ਼ਨ ਬਾਰੇ ਸਿਲੇਬਸ ਵਿੱਚ ਮੈਂਸ਼ਨ ਕੀਤਾ ਹੋਇਆ ਤੇ ਹੁਣ ਬੁੱਕ ਦੇ ਕੰਟੈਂਟ ਵਿੱਚ ਦੇਖ ਕੇ ਤਾਂ ਭਾਰਤੀ ਸੰਵਿਧਾਨ ਬਾਰੇ ਅਤੇ ਇਸ ਦੀ ਵਿਸ਼ੇਸ਼ਤਾਵਾਂ ਬਾਰੇ ਵੀ ਆਹ ਸਿਲੇਬਸ ਆਲਰੇਡੀ ਇਸ ਵਿੱਚ ਦਿੱਤਾ ਹੋਇਆ ਤਾਂ ਇਜ਼ੀਲੀ ਕਵਰ ਹੋ ਜਾਵੇਗਾ ਇਸ ਤੋਂ ਇਲਾਵਾ ਮੈਂ ਤੁਹਾਨੂੰ ਹਮੇਸ਼ਾ ਦੱਸਦਾ ਹਾਂ ਨਾ ਹਿਸਟਰੀ ਜੀਓਗ੍ਰਾਫਿਕ ਕਲਚਰ ਐਂਡ ਇਕਨੋਮੀ ਆਫ ਪੰਜਾਬ ਵਾਸਤੇ ਤੁਸੀਂ ਇੱਕ ਅਲੱਗ ਬੁੱਕ ਬਾਈ ਕਰ ਲਓ ਸਾਡਾ ਪੰਜਾਬ ਨਾਮਕ ਮਨੀਸ਼ ਜਿੰਦਲ ਦੀ ਬੁੱਕ ਹੈ ਉਹ ਬੁੱਕ ਬਾਈ ਕਰ ਲਓ ਇਹ ਤਿੰਨੇ ਟਾਪਿਕ ਤੁਸੀਂ ਉਸ ਬੁੱਕ ਵਿੱਚੋਂ ਕਾਫੀ ਚੰਗੀ ਤਰ੍ਹਾਂ ਮੈਂਸ਼ਨ ਕੀਤੇ ਹੋਏ ਨੇ ਤੇ ਕਾਫੀ ਇਜ਼ੀਲੀ ਤਰੀਕੇ ਨਾਲ ਤੁਸੀਂ ਸਮਝ ਵੀ ਜਾਓਗੇ ਅੰਨਾ ਟੌਪਿਕ ਨੂੰ ਕਵਰ ਕਰਨ ਲਈ ਤੁਸੀਂ ਸਾਡਾ ਪੰਜਾਬ ਨਾਮਕ ਬੁੱਕ ਆਰਡਰ ਕਰ ਸਕਦੇ ਹੋ Amazon ਤੇ ਤੁਹਾਨੂੰ ਇਜ਼ੀਲੀ ਮਿਲ ਜਾਵੇਗੀ ਲਿੰਕ ਮੈਂ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਆ ਬੁੱਕ ਦਾ ਉੱਥੇ ਜਾ ਕੇ ਤੁਸੀਂ ਲੇਟੈਸਟ ਐਡੀਸ਼ਨ ਸਾਡਾ ਪੰਜਾਬ ਬਾਈ ਮਨੀਸ਼ ਜਿੰਦਲ ਦੀ ਬੁੱਕ ਨੂੰ ਆਰਡਰ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਤੇ ਇਸ ਤੋਂ ਬਾਅਦ ਗੱਲ ਕਰੀਏ ਇਹਨਾਂ ਨੇ ਐਟੀਟਿਊਡ ਅਤੇ ਨਿਊਮੈਰਿਕਲ ਰਿਲੇਟਡ ਐਥਮ ਸਿਲੇਬਸ ਮੈਂਸ਼ਨ ਕੀਤਾ ਹੋਇਆ ਕਾ ਕਨਸਟੇਬਲ ਦੇ ਐਗਜ਼ਾਮ ਦੇ ਲਈ ਤੇ ਇੱਥੇ ਆਪਾਂ ਕਵਾਂਟਿਟੀਊਡ ਤੇ ਨਿਊਮੈਰਿਕਲ ਸਕਿੱਲ ਦੇ ਵੀ ਟੌਪਿਕ ਆਪਾਂ ਇੱਥੇ ਬੁੱਕ ਵਿੱਚ ਵੀ ਕਵਰ ਕੀਤਾ ਹੋਇਆ ਚੰਗੀ ਤਰ੍ਹਾਂ ਇਹਨਾਂ ਨੇ ਤਾਂ ਬਾਕੀ ਤੁਸੀਂ ਰੀਜ਼ਨਿੰਗ ਦਾ ਸਿਲੇਬਸ ਕਨਸਟੇਬਲ ਦੇ ਐਗਜ਼ਾਮ ਵਿੱਚ ਦੇਖੋਗੇ ਤਾਂ ਇੱਥੇ ਇਹਨਾਂ ਨੇ ਕਨਸਟੇਬਲ ਦਾ ਵੀ ਰੀਜ਼ਨਿੰਗ ਰਿਲੇਟਡ ਵੀ ਸਿਲੇਬਸ ਇੱਥੇ ਮੈਂਸ਼ਨ ਕੀਤਾ ਹੋਇਆ ਤੇ ਡਿਜੀਟਲ ਲਿਟਰੇਸੀ ਤੇ ਇੰਗਲਿਸ਼ ਤੇ ਪੰਜਾਬੀ ਭਾਸ਼ਾ ਬਾਰੇ ਵੀ ਪੂਰਾ ਇਸ ਬੁੱਕ ਵਿੱਚ ਕਵਰ ਕੀਤਾ ਹੋਇਆ ਜਿਵੇਂ ਸਿਲੇਬਸ ਵਿੱਚ ਇਹਨਾਂ ਨੇ ਦੱਸਿਆ ਹੋਇਆ ਮਤਲਬ ਸਾਰਾ ਕੁਝ ਆਲਰੇਡੀ ਬੁੱਕ ਵਿੱਚ ਹੈ ਤੇ ਇੰਨਾ ਵੀ ਟਫ ਪੇਪਰ ਨਹੀਂ ਹੈ ਜਸਟ ਕਨਸਟੇਬਲ ਦਾ ਐਗਜ਼ਾਮ ਹੈ ਕੋਈ ਪੀਸੀਐਸ ਲੈਵਲ ਦਾ ਐਗਜ਼ਾਮ ਨਹੀਂ ਹੈ ਕਿ ਜ਼ਿਆਦਾ ਮਟੀਰੀਅਲ ਤੁਹਾਨੂੰ ਚਾਹੀਦਾ ਹੈ ਨੋਰਮਲ ਨਾਰਮਲ ਟਾਈਪ ਦੇ ਕੁਐਸਚਨ ਤੁਹਾਨੂੰ ਐਗਜ਼ਾਮ ਵਿੱਚ ਪੁੱਛੇ ਜਾਣਗੇ ਜਿਆਦਾ ਟਫ ਕੁਐਸਚਨ ਨਹੀਂ ਆਉਣਗੇ ਤਾਂ ਕਰਕੇ ਤੁਸੀਂ ਇਸ ਬੁੱਕ ਉਤੇ ਯਕੀਨ ਰੱਖ ਸਕਦੇ ਹੋ ਤੇ ਇਸ ਬੁੱਕ ਵਿੱਚੋਂ ਐਗਜ਼ਾਮ ਲਈ ਤਿਆਰੀ ਨੂੰ ਸਟਾਰਟ ਕਰ ਸਕਦੇ ਹੋ ਓਵਰঅল ਗੱਲ ਕਰੀਏ ਤੁਸੀਂ ਦੋ ਬੁੱਕ ਬਾਈ ਕਰਨੀਆਂ ਸਾਡਾ ਪੰਜਾਬ ਤੇ ਸਵਰਨ ਦੀ ਇਹ ਬੁੱਕ ਇਹਨਾਂ ਦੋਹਾਂ ਬੁੱਕਾਂ ਦਾ ਲਿੰਕ ਮੈਂ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਜੇ ਤੁਸੀਂ ਚਾਹੋ ਤਾਂ ਆਨਲਾਈਨ ਐਮਾਜ਼ੋਨ ਤੋਂ ਕੈਸ਼ ਔਨ ਡਿਲੀਵਰੀ 'ਚ ਆਰਡਰ ਕਰ ਸਕਦੇ ਹੋ ਨਹੀਂ ਤਾਂ ਕਿਸੇ ਵੀ ਬੁੱਕਸਟੋਰ ਤੇ ਜਾ ਕੇ ਤੁਸੀਂ ਇਹਨਾਂ ਬੁੱਕ ਨੂੰ ਬਾਈ ਕਰ ਸਕਦੇ ਹੋ ਇਹਨਾਂ ਦੇ ਪੰਜਾਬ ਕਾਂਸਟੇਬਲ ਰਿਲੇਟਡ ਸਟਡੀ ਮਟੀਰੀਅਲ ਇੰਪੋਰਟੈਂਟ ਕੁਐਸਚਨਾਂ ਦੀ ਪੀਡੀਐਫ ਫਾਈਲ ਨੂੰ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਤਾਂ ਇਸੇ ਮੇਰੇ ਇੰਸਟਾਗ੍ਰam ਆਈਡੀ ਨੰਬਰ 'ਤੇ ਮੈਨੂੰ ਫੋਲੋ ਕਰਕੇ ਮੇਰੇ ਨਾਲ ਗੱਲ ਕਰਕੇ ਪੂਰੀ ਜਾਣਕਾਰੀ ਤੁਸੀਂ ਲੈ ਸਕਦੇ ਹੋ